ਖੁਸ਼ਖਬਰੀ ਖੁਸ਼ਖਬਰੀ ਡਿੱਗੇ ਸੋਨਾ ਚਾਂਦੀ ਦੇ ਭਾਅ, ਆਈ ਗਿਰਾਵਟ, ਜਾਣੋ ਤਾਜ਼ਾ ਰੇਟ। ਜੀ ਹਾਂ, ਸੋਨਾ ਚਾਂਦੀ ਦੇ ਜਿਹੜੇ ਨੇ ਰੇਟ ਡਿੱਗ ਗਏ ਨੇ, ਅਤੇ ਜਿਸਦੇ ਕਾਰਨ ਜਿਹੜਾ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਸਰਾਫਾ ਬਾਜ਼ਾਰ ਦੀ ਗੱਲ ਕਰੀਏ, ਜੇਕਰ 22 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 65,600 ਰੁਪਏ ਅਤੇ 24 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 68,880 ਰੁਪਏ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਚਾਂਦੀ ਦੀ ਗੱਲ ਕਰੀਏ ਕਿ ਚਾਂਦੀ 87,500 ਰੁਪਏ ਪ੍ਰਤੀ ਕਿਲੋ ਦੀ ਕੀਮਤ 'ਤੇ ਵੇਚੀ ਜਾਵੇਗੀ। ਜੇਕਰ ਤੁਸੀਂ ਹਰਿਆਲੀ ਤੀਜ਼ 'ਤੇ ਆਪਣੀ ਪਤਨੀ ਨੂੰ ਸੋਨੇ ਚਾਂਦੀ ਦੇ ਗਹਿਣੇ ਗਿਫਟ ਕਰਨ ਦੀ ਯੋਜਨਾ ਬਣਾ ਰੱਖੀ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ, ਕਿਉਂਕਿ ਸੋਨੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਅੱਜ ਸਰਾਫਾ ਬਾਜ਼ਾਰ ਵਿੱਚ 22 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 65,600 ਰੁਪਏ ਅਤੇ 24 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 68,880 ਰੁਪਏ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਜੇਕਰ ਆਪਾਂ ਚਾਂਦੀ ਦੀ ਗੱਲ ਕਰੀਏ ਕਿ ਚਾਂਦੀ ਦੀ ਕੀਮਤ ਦੇ ਵਿੱਚ ਵੀ ਬਹੁਤ ਗਿਰਾਵਟ ਆਈ ਹੈ। 3500 ਰੁਪਏ ਜਿਹੜਾ ਹੈ ਚਾਂਦੀ ਡਿੱਗੀ ਹੈ, 87,500 ਰੁਪਏ ਪ੍ਰਤੀ ਕਿਲੋ ਦੀ ਕੀਮਤ 'ਤੇ ਵੇਚੀ ਜਾਵੇਗੀ। ਸਰਾਫਾ ਵਪਾਰੀ ਅਤੇ ਇੰਡੀਅਨ ਬੁਲੀਅਨ ਜਵੈਲਰ ਐਸੋਸੀਏਸ਼ਨ ਦੇ ਮੈਂਬਰ ਮਨੀਸ਼ ਸ਼ਰਮਾ ਨੇ ਦੱਸਿਆ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਗਈ ਹੈ। ਚਾਂਦੀ ਦੀ ਪ੍ਰਤੀ ਕਿਲੋ ਕੀਮਤ ਅੱਜ 3500 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਚਾਂਦੀ 87,500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵਿਕ ਰਹੀ ਹੈ, ਜਦੋਂ ਕਿ ਜੇਕਰ ਆਪਾਂ ਕੱਲ੍ਹ ਦੀ ਗੱਲ ਕਰੀਏ, ਕੱਲ੍ਹ ਸ਼ਾਮ ਤੱਕ ਚਾਂਦੀ ਦੀ ਕੀਮਤ 91,000 ਰੁਪਏ ਦੇ ਹਿਸਾਬ ਦੇ ਨਾਲ ਵਿਕ ਰਹੀ ਸੀ। ਜੇਕਰ ਤੁਸੀਂ ਸੋਨੇ ਦੇ ਗਹਿਣੇ ਖਰੀਦ ਰਹੇ ਹੋ ਤਾਂ ਗੁਣਵੱਤਾ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ, ਹਾਲਮਾਰਕ ਨੂੰ ਦੇਖ ਕੇ ਹੀ ਗਹਿਣੇ ਖਰੀਦੋ। ਇਹ ਸੋਨੇ ਦੀ ਸਰਕਾਰੀ ਗਰੰਟੀ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ ਦੀ ਇਕਲੌਤੀ ਏਜੰਸੀ ਬਿਊਰੋ ਆਫ ਇੰਡੀਆ ਸਟੈਂਡਰਡ ਹਾਲਮਾਰਕ ਨੂੰ ਨਿਰਧਾਰਿਤ ਕਰਦੀ ਹੈ। ਸਾਰੇ ਕੈਰਟ ਦੇ ਹਾਲਮਾਰਕ ਨੰਬਰ ਵੱਖ ਵੱਖ ਹੁੰਦੇ ਨੇ, ਜਿਸ ਨੂੰ ਦੇਖਣ ਅਤੇ ਸਮਝਣ ਤੋਂ ਬਾਅਦ ਤੁਹਾਨੂੰ ਸੋਨਾ ਖਰੀਦਣਾ ਚਾਹੀਦਾ। ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਸੋਨਾ ਚਾਂਦੀ ਦੇ ਵਿੱਚ ਗਿਰਾਵਟ ਆਈ ਹੈ। ਹਰਿਆਲੀ ਤੀਜ਼ ਹੈ, ਅੱਜ ਹਰਿਆਲੀ ਤੀਜ਼ ਵਾਲੇ ਦਿਨ ਲੋਕਾਂ ਨੂੰ ਵਧੀਆ ਤੋਹਫਾ ਮਿਲਿਆ ਹੈ, ਕਿਉਂਕਿ ਸੋਨੇ ਦੇ ਵਿੱਚ ਬਹੁਤ ਹੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸੇ ਤਰ੍ਹਾਂ ਹੀ ਚਾਂਦੀ ਦੇ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕੱਲ੍ਹ 91,000 ਰੁਪਏ ਪ੍ਰਤੀ ਕਿਲੋ ਸੀ, ਅਤੇ ਅੱਜ ਦੀ ਜੇਕਰ ਆਪਾਂ ਚਾਂਦੀ ਦੀ ਗੱਲ ਕਰੀਏ ਤਾਂ ਅੱਜ ਜਿਹੜੀ ਹੈ ਚਾਂਦੀ 87,500 ਰੁਪਏ ਵਿਕ ਰਹੀ ਹੈ।